ਸ਼੍ਰੀ ਅਕਾਲ, ਨਮਸਤੇ, ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ। ਸੋ ਅੱਜ ਸ਼ਾਮ ਦਾ ਟਾਈਮ ਆ ਅਤੇ ਅੱਜ ਬੱਚਿਆਂ ਦੀ ਡਿਮਾਂਡ ਆ ਕਿ ਪਾਓ ਭਾਜੀ ਖਾਣੀ ਆ। ਸੋ ਅੱਜ ਮੈਂ ਬਣਾਉਣੀ ਆ ਪਾਓ ਭਾਜੀ, ਜਿਹੜੀ ਰੈਸਪੀ ਜਿਹਦੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਸਭ ਤੋਂ ਪਹਿਲਾਂ ਮੈਂ ਚੱਲੀ ਹਾਂ ਬਾਜ਼ਾਰ, ਅਤੇ ਬਾਜ਼ਾਰੋਂ ਜਿਹੜਾ ਜਾ ਕੇ ਸਾਰੀਆਂ ਸਬਜ਼ੀਆਂ ਲੈ ਕੇ ਆਊਂਗੀ, ਅਤੇ ਫਿਰ ਮੈਂ ਤੁਹਾਨੂੰ ਜਿਹੜਾ ਆ ਉਹ ਸਾਰੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਪਹਿਲਾਂ ਮੈਂ ਸਬਜ਼ੀਆਂ ਲੈ ਆਵਾਂ, ਫਿਰ ਆਪਾਂ ਮਿਲਦੇ ਹਾਂ। ਸਬਜ਼ੀਆਂ ਵੀ ਲੈ ਆਉਂਦੀਆਂ ਸਾਰੀਆਂ, ਤੇ ਪਾਓ ਵੀ ਲੈ ਆਉਂਦਾ। ਹੁਣ ਕਰਦੇ ਹਾਂ ਕੁਕਿੰਗ ਸਟਾਰਟ। ਸੋ ਸਭ ਤੋਂ ਪਹਿਲਾਂ ਜਿਹੜਾ ਆ ਉਹ ਸਬਜ਼ੀਆਂ ਦੀ ਕਟਿੰਗ ਕਰਨੀ ਆ। ਸਬਜ਼ੀਆਂ ਵਿੱਚ ਮੈਂ ਇੱਕ ਫੁੱਲ ਗੋਭੀ ਦਾ ਲਿਆਂਦਾ ਆ, ਤੇ ਗਾਜਰਾਂ ਲੈ ਕੇ ਆਈ ਆ 3, ਤੇ ਇੱਕ ਮੈਂ ਲੈ ਕੇ ਆਈ ਆ ਚੁਕੰਦਰ। ਮੈਂ ਸਾਰੀ ਸਬਜ਼ੀ ਜਿਹੜੀ ਆ ਯੂਜ਼ ਕਰ ਲੈਣੀ ਆ। ਇਹ ਗੋਭੀ ਨੂੰ ਪਹਿਲਾਂ ਕੱਟ ਲਵਾਂਗੀ। ਗੋਭੀ ਮੈਂ ਕੱਟ ਲਈ ਆ, ਤੇ ਹੁਣ ਮੈਂ ਗਾਜਰਾਂ ਨੂੰ ਤੇ ਚੁਕੰਦਰ ਨੂੰ ਜਿਹੜਾ ਉਹ ਧੋ ਲਿਆ ਆ। ਮੈਨੂੰ ਜਿਹੜੀਆਂ ਨਾ ਇਹ ਵਾਲੀਆਂ ਗਾਜਰਾਂ ਮਿਲੀਆਂ ਆ, ਕਿਉਂਕਿ ਹੁਣ ਗਾਜਰਾਂ ਦਾ ਸੀਜ਼ਨ ਨਹੀਂ ਆ, ਤੇ ਇਸ ਟਾਈਮ ਦੇ ਉੱਤੇ ਔਰੇਂਜ ਹੀ ਗਾਜਰਾਂ ਮਿਲਦੀਆਂ ਆ। ਸੋ ਮੈਂ ਇਹੀ ਲੈ ਆਈ ਆ। ਇਹਨਾਂ ਨੂੰ ਮੈਂ ਛਿੱਲ ਕੇ ਤੇ ਇੱਕ ਮੋਟੇ ਮੋਟੇ ਚੰਕੇ ਵਿੱਚ ਜਿਹੜਾ ਇਹਨਾਂ ਨੂੰ ਕੱਟ ਲਊਂਗੀ, ਤੇ ਫਿਰ ਇਹਨਾਂ ਨੂੰ ਇੱਕ ਵਾਰੀ ਜਿਹੜਾ ਧੋ ਲਊਂਗੀ। ਹੁਣ ਮੈਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਆ। ਮੈਂ ਸਬਜ਼ੀ ਨੂੰ ਪਹਿਲਾਂ ਵੀ ਧੋਨੀ ਆ ਇੱਕ ਵਾਰ, ਕਿ ਉਹਨਾਂ ਉੱਤੇ ਜਿਹੜੀ ਮਿੱਟੀ ਲੱਗੀ ਹੁੰਦੀ ਆ ਉਹ ਲੱਥ ਜਾਵੇ, ਤੇ ਬਾਅਦ ਵਿੱਚ ਵੀ ਧੋਂਦੀ ਹੁੰਦੀ ਆ, ਕਿਉਂਕਿ ਮੈਨੂੰ ਐਵੇਂ ਲੱਗਦਾ ਕਿ ਇੱਕ ਵਾਰੀ ਸਬਜ਼ੀਆਂ ਨੂੰ ਕਟਿੰਗ ਤੋਂ ਬਾਅਦ ਜਿਹੜਾ ਉਹ ਧੋ ਲੈਣਾ ਚਾਹੀਦਾ ਆ। ਸੋ ਸਬਜ਼ੀਆਂ ਨੂੰ ਧੋ ਕੇ ਮੈਂ ਇੱਕ ਟੋਕਰੀ ਵਿੱਚ ਕੱਢ ਲੈਣਾ ਆ। ਸਬਜ਼ੀਆਂ ਕੱਟ ਕੇ ਧੋ ਕੇ ਇੱਕ ਟੋਕਰੀ ਵਿੱਚ ਕੱਢ ਲਈਆਂ ਆ, ਤੇ ਨਾਲ ਹੁਣ 2 ਆਲੂ ਲਏ ਆ। ਇਹਨਾਂ ਨੂੰ ਵੀ ਮੈਂ ਧੋ ਕੇ ਤੇ ਮੋਟਾ ਮੋਟਾ ਕੱਟ ਲਿਆ ਆ, ਤੇ ਪਾ ਦਿੱਤਾ ਆ ਕੁੱਕਰ ਵਿੱਚ। ਤੇ ਨਾਲ ਮੈਂ ਇਹਦੇ ਵਿੱਚ ਪਾ ਦੇਣਾ ਆ 1 ਚਮਚ ਭਰ ਕੇ ਪਾਓ ਭਾਜੀ ਦਾ ਮਸਾਲਾ, ਤੇ 1/2 ਚਮਚ ਕਸ਼ਮੀਰੀ ਲਾਲ ਮਿਰਚ, 1/2 ਚਮਚ ਹਲਦੀ, ਤੇ ਉੱਤੋਂ ਮੈਂ ਪਾ ਦਊਂਗੀ ਸਬਜ਼ੀਆਂ। ਸਾਰੀਆਂ ਸਬਜ਼ੀਆਂ ਇਕੱਠੀਆਂ ਪਾ ਕੇ ਉਸ ਤੋਂ ਬਾਅਦ ਵੀ ਅਸੀਂ ਮਸਾਲੇ ਪਾ ਸਕਦੇ ਹਾਂ, ਬਟ ਮੈਂ ਪਹਿਲਾਂ ਆਲੂ ਪਾ ਕੇ ਉਹਦੇ ਉੱਤੇ ਮਸਾਲੇ ਪਾ ਕੇ ਫਿਰ ਉਹਦੇ ਉੱਤੇ ਸਬਜ਼ੀਆਂ ਪਾ ਦਿੱਤੀਆਂ। 1 ਚਮਚ ਪਾ ਦਿੱਤਾ ਆ ਨਮਕ ਦਾ, ਤੇ ਥੋੜਾ ਜਿਹਾ ਪਾ ਦਿੱਤਾ ਆ ਪਾਣੀ, ਸਿਰਫ 1/2 ਗਲਾਸੀ,
ਕਿਉਂਕਿ ਸਬਜ਼ੀਆਂ ਹੁਣੇ ਹੁਣੇ ਧੋਤੀਆਂ ਆ ਨਾ, ਤੇ ਫਿਰ ਸਬਜ਼ੀਆਂ ਨੇ ਵੀ ਪਾਣੀ ਛੱਡ ਦੇਣਾ ਆ। ਵੈਸੇ ਵੀ ਜਿਹੜਾ ਆ ਸਬਜ਼ੀਆਂ ਨੂੰ ਜ਼ਿਆਦਾ ਟਾਈਮ ਨਹੀਂ ਦੇਣਾ, ਵਿਸਲ ਆਉਣ ਤੋਂ ਬਾਅਦ 5 ਮਿੰਟ ਜਿਹੜੇ ਆ ਉਹ ਦੇਣੇ ਆ। ਨਾਲ ਹੀ ਜਿਹੜੇ ਆ ਉਹ ਮੈਂ ਮਟਰ ਵੀ ਉਬਲਣ ਵਾਸਤੇ ਰੱਖ ਦਿੱਤੇ ਆ। ਮਟਰ ਜਿਹੜੇ ਉਬਲ ਗਏ ਸੀਗੇ ਤੇ ਇਹਨਾਂ ਨੂੰ ਵੀ ਮੈਂ ਇੱਕ ਟੋਕਰੀ ਵਿੱਚ ਕੱਢ ਲਿਆ ਆ, ਤੇ ਸਬਜ਼ੀਆਂ ਦੀ ਕਟਿੰਗ ਵੀ ਕਰ ਲਈ ਆ। ਅਦਰਕ ਲਸਣ ਦਾ ਪੇਸਟ ਬਣਾ ਲਿਆ, ਹਰੀ ਮਿਰਚ ਵੀ ਕੱਟ ਲਈ ਆ, ਤੇ ਇੱਕ ਸ਼ਿਮਲਾ ਮਿਰਚ ਲੈ ਕੇ ਉਹਨੂੰ ਵੀ ਮੈਂ ਕੱਟ ਲਿਆ ਆ। ਮਟਰ ਵੀ ਮੈਂ ਕੱਢ ਕੇ ਇੱਕ ਕੌਲੀ ਵਿੱਚ ਰੱਖ ਲਏ ਆ, ਤੇ ਹੁਣ ਮੈਂ ਜਿਹੜੇ 2 ਟਮਾਟਰ ਆ ਉਹਨਾਂ ਨੂੰ ਵੀ ਬਰੀਕ ਬਰੀਕ ਕੱਟ ਲੈਣਾ ਆ। ਸੋ ਮੇਰੀ ਜਿਹੜੀ ਸਾਰੀ ਸਬਜ਼ੀਆਂ ਦੀ ਤਿਆਰੀ ਆ ਉਹ ਹੋ ਗਈ ਆ, ਕਟਿੰਗ ਦੀ ਵੀ ਤੇ ਉਹਨਾਂ ਨੂੰ ਉਬਾਲਣ ਦੀ ਵੀ। ਹੁਣ ਮੈਂ ਕੜਾਈ ਵਿੱਚ ਪਾ ਦਿੱਤਾ ਆ ਮੱਖਣ, ਤੇ ਪਾਓ ਭਾਜੀ ਦੇ ਵਿੱਚ ਮੱਖਣ ਦਾ ਹੀ ਤੜਕਾ ਲੱਗਦਾ ਆ, ਤੇ ਮੱਖਣ ਜਿਹੜਾ ਉਹ ਮੈਲਟ ਹੋ ਗਿਆ ਆ। ਇਹਦੇ ਵਿੱਚ ਮੈਂ ਪਾ ਦਿੱਤਾ 1 ਚਮਚ ਜੀਰੇ ਦਾ, ਤੇ ਨਾਲ ਹੀ ਮੈਂ 2 ਪਿਆਜ਼ ਬਰੀਕ ਕੱਟ ਕੇ ਉਹ ਪਾ ਦਿੱਤੇ ਆ, ਤੇ ਪਿਆਜ਼ ਨੂੰ ਜਿਹੜਾ ਉਹ ਭੁੰਨ ਲਵਾਂਗੀ। ਪਿਆਜ਼ ਜਿਹੜਾ ਆ ਉਹ ਭੁੱਜ ਗਿਆ ਆ, ਇਹਦੇ ਵਿੱਚ ਮੈਂ ਪਾ ਦਿੱਤਾ ਆ ਅਦਰਕ ਤੇ ਲਸਣ ਦਾ ਪੇਸਟ, ਇਹਨੂੰ ਵੀ ਮੈਂ ਜਿਹੜਾ ਆ ਉਹ ਅੱਧੇ ਮਿੰਟ ਵਾਸਤੇ ਭੁੰਨ ਲਵਾਂਗੀ। ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਦਿੱਤਾ ਆ ਕੱਟਿਆ ਹੋਇਆ ਟਮਾਟਰ, ਤੇ ਨਾਲ ਹੀ ਕੱਟੀ ਹੋਈ ਸ਼ਿਮਲਾ ਮਿਰਚ। ਤੇ ਹੁਣ ਜਿਹੜਾ ਆ ਟਮਾਟਰ ਤੇ ਸ਼ਿਮਲਾ ਮਿਰਚ ਨੂੰ ਇਹਦੇ ਨਾਲ ਭੁੰਨ ਲੈਣਾ ਆ। ਟਮਾਟਰ ਜਿਹੜਾ ਉਹ ਗਲ ਜਾਣਾ ਚਾਹੀਦਾ ਆ, ਤੇ ਸ਼ਿਮਲਾ ਮਿਰਚ ਵੀ ਜਿਹੜੀ ਆ ਉਹ ਵੀ ਸੌਫਟ ਹੋ ਜਾਣੀ ਚਾਹੀਦੀ ਆ। ਹੁਣ ਮੈਂ ਇਹਦੇ ਵਿੱਚ ਪਾ ਦੇਣੀ ਆ ਥੋੜੀ ਜੀ ਹਰੀ ਮਿਰਚ, ਨਾਲ ਪਾਉਂਗੀ 1/2 ਚਮਚ ਜਿਹੜਾ ਆ ਉਹ ਨਮਕ ਦਾ, ਤੇ 1/2 ਚਮਚ ਪਾਉਣੀ ਆ ਕਸ਼ਮੀਰੀ ਲਾਲ ਮਿਰਚ, 1/2 ਚਮਚ ਪਾ ਦੂੰਗੀ ਮੈਂ ਹਲਦੀ ਦਾ, ਤੇ 1/2 ਚਮਚ ਗਰਮ ਮਸਾਲੇ ਦਾ, ਤੇ 1 ਚਮਚ ਭਰ ਕੇ ਉਹ ਪਾ ਦੇਣਾ ਆ ਮੈਂ ਪਾਓ ਭਾਜੀ ਮਸਾਲਾ, ਕਿਉਂਕਿ ਸਬਜ਼ੀਆਂ ਨੂੰ ਉਬਾਲਣ ਵੇਲੇ ਵੀ ਸਾਰੇ ਮਸਾਲੇ ਪਾਏ ਹੋਏ ਆ, ਤੇ ਥੋੜਾ ਜਿਹਾ ਮੈਂ ਪਾਣੀ ਪਾ ਦੇਣਾ ਆ ਕਿ ਜਿਹੜੇ ਟਮਾਟਰ ਉਹ ਚੰਗੀ ਤਰ੍ਹਾਂ ਗਲ ਜਾਣ ਤੇ ਮਸਾਲੇ ਜਿਹੜੇ ਆ ਉਹ ਚੰਗੀ ਤਰ੍ਹਾਂ ਸਬਜ਼ੀਆਂ ਦੇ ਵਿੱਚ ਮਿਕਸ ਹੋ ਜਾਣ। ਥੋੜਾ ਜਿਹਾ ਮੈਂ ਇਹਨਾਂ ਨੂੰ ਢੱਕ ਕੇ ਪਕਾ ਲਿਆ ਆ ਕਿ ਚੰਗੀ ਤਰ੍ਹਾਂ ਜਿਹੜਾ ਤੜਕਾ ਆ ਉਹ ਭੁੱਜ ਜਾਵੇ। ਤੜਕੇ ਨੂੰ ਮੈਂ ਓਨੀ ਦੇਰ ਭੁੰਨੂਗੀ ਜਦੋਂ ਤੱਕ ਤੇਲ ਵੱਖਰਾ ਨਹੀਂ ਹੋ ਜਾਂਦਾ। ਜਿਹੜੀਆਂ ਸਬਜ਼ੀਆਂ ਆ ਉਹ ਵੀ ਉਬਲ ਗਈਆਂ ਆ, ਕੁੱਕਰ ਦਾ ਜਿਹੜਾ ਪ੍ਰੈਸ਼ਰ ਆ ਉਹ ਡਾਊਨ ਹੋ ਗਿਆ ਆ, ਤੇ ਹੁਣ ਜਿਹੜੀਆਂ ਸਬਜ਼ੀਆਂ ਆ ਉਹਨਾਂ ਨੂੰ ਮੈਂ ਤੜਕੇ ਦੇ ਵਿੱਚ ਪਾ ਦਿੱਤਾ ਆ। ਹੁਣ ਮੈਂ ਸਬਜ਼ੀਆਂ ਨੂੰ ਕਰ ਲਵਾਂਗੀ ਮੈਸ਼। ਜਦੋਂ ਮੈਂ ਸਬਜ਼ੀਆਂ ਮੈਸ਼ ਕਰਦੀ ਪਈ ਆ ਨਾ, ਤੇ ਸਬਜ਼ੀਆਂ ਤੇ ਆਸਾਨੀ ਨਾਲ ਮੈਸ਼ ਹੋ ਰਹੀਆਂ ਆ, ਬਟ ਜਿਹੜੀ ਚੁਗੰਧਰ ਆ ਨਾ ਇਹ ਨਹੀਂ ਮੈਸ਼ ਹੁੰਦੀ। ਮੈਂ ਜਿੰਨੀ ਵਾਰੀ ਵੀ ਪਾਓ ਭਾਜੀ ਬਣਾਈ ਆ ਨਾ, ਪਤਾ ਨਹੀਂ ਚੁਕੰਦਰ ਜਿਹੜੀ ਆ ਜਲਦੀ ਗਲਦੀ ਨਹੀਂ ਆ, ਇਹ ਥੋੜਾ ਟਾਈਮ ਲੈ ਲੈਂਦੀ ਆ ਮੈਸ਼ ਹੋਣ ਨੂੰ। ਉਸ ਤਰ੍ਹਾਂ ਅਸੀਂ ਜਿਹੜਾ ਜਿਸ ਤਰ੍ਹਾਂ ਮਤਲਬ ਕਿ ਸ਼ਲਗਮ ਘੋਟਦੇ ਆ ਨਾ, ਉਵੇਂ ਵੀ ਸਬਜ਼ੀਆਂ ਨੂੰ ਕੁੱਕਰ ਵਿੱਚ ਵੀ ਘੋਟ ਸਕਦੇ ਆ, ਪਰ ਜਿਹੜੀ ਚੁਕੰਦਰ ਆ ਨਾ ਉਹ ਘੋਟੀ ਨਹੀਂ ਜਾਂਦੀ, ਉਹ ਮੈਸ਼ਰ ਦੇ ਨਾਲ ਹੀ ਵਧੀਆ ਘੋਟੀ ਜਾਂਦੀ ਆ। ਜਿਹੜੀ ਆ ਸਬਜ਼ੀਆਂ ਮਤਲਬ ਕਿ ਮੈਨੂੰ ਥੋੜਾ ਜਿਹਾ ਸੰਘਣਾ ਲੱਗਦਾ ਪਿਆ ਸੀ, ਸੋ ਮੈਂ ਇਹਦੇ ਵਿੱਚ ਜਿਹੜਾ ਆ ਥੋੜਾ ਜਿਹਾ ਗਰਮ ਪਾਣੀ ਕਰਕੇ ਪਾ ਦਿੱਤਾ ਆ, ਤੇ ਨਾਲ ਹੀ ਮੈਂ ਇਹਦੇ ਵਿੱਚ ਪਾ ਦਿੱਤੇ ਆ ਮਟਰ। ਤੇ ਹੁਣ ਇਹਨਾਂ ਨੂੰ ਜਿਹੜਾ ਇਹਨੂੰ ਜਿਹੜਾ ਮੈਂ ਪਕਾ ਲੂੰਗੀ। ਸੋ ਸਬਜ਼ੀਆਂ ਦਾ ਜਿਹੜਾ ਸਬਜ਼ੀ ਦਾ ਕਲਰ ਆ ਉਹ ਬਾਜ਼ਾਰ ਵਰਗਾ ਬਣਾਉਣ ਵਾਸਤੇ ਮੈਂ ਇਹਦੇ ਵਿੱਚ ਪਾ ਦਿੱਤਾ ਆ
ਜਲੇਬੀਆਂ ਵਾਲਾ ਕਲਰ ਥੋੜਾ ਜਿਹਾ, ਨਾਲ ਇਹਦੇ ਵਿੱਚ ਪਾ ਦਿੱਤਾ ਆ ਹਰਾ ਧਨੀਆ। ਸਬਜ਼ੀ ਜਿਹੜੀ ਉਹ ਬਣ ਗਈ ਆ, ਇਹਨੂੰ ਬਣਦੇ ਹੋਏ ਜਿਹੜਾ ਪੱਕਦੇ ਹੋਏ ਜਿਹੜੇ ਆ ਉਹ 10 ਮਿੰਟ ਹੋ ਗਏ ਆ, ਪਰ ਮੈਂ ਹਲੇ ਜਿਹੜਾ ਗੈਸ ਆ ਉਹ ਬੰਦ ਨਹੀਂ ਕਰਨਾ ਇਹਦੇ ਥੱਲਿਓਂ, ਤੇ ਮੈਨੂੰ ਛੋਟੇ ਗੈਸ ਦੇ ਉੱਤੇ ਜਿਹੜਾ ਰੱਖ ਦਿੱਤਾ ਆ ਕੜਾਈ ਨੂੰ, ਤੇ ਗੈਸ ਦਾ ਜਿਹੜਾ ਫਲੇਮ ਆ ਬਿਲਕੁਲ ਘੱਟ ਕਰ ਦਿੱਤਾ ਆ। ਤੇ ਹੁਣ ਮੈਂ ਜਿਹੜਾ ਆ ਆਪਣੇ ਬੇਟੇ ਨੂੰ ਜਿਹੜਾ ਆ ਉਹ ਪਾਓ ਭਾਜੀ ਦੇ ਦੂੰਗੀ। ਸੋ ਮੈਂ ਗੈਸ ਦੇ ਉੱਤੇ ਰੱਖਿਆ ਆ ਤਵਾ, ਤੇ ਉਹਦੇ ਉੱਤੇ ਪਾ ਦਿੱਤਾ ਆ ਥੋੜਾ ਜਿਹਾ ਮੱਖਣ, ਤੇ ਮੱਖਣ ਨੂੰ ਮੈਲਟ ਕਰ ਲੈਣਾ ਆ। ਮੱਖਣ ਹੋ ਗਿਆ ਆ ਮੈਲਟ, ਇਹਦੇ ਉੱਤੇ ਮੈਂ ਪਾ ਦਿੱਤਾ ਆ ਥੋੜਾ ਜਿਹਾ ਪਾਓ ਭਾਜੀ ਮਸਾਲਾ, ਥੋੜਾ ਜਿਹਾ ਧਨੀਆ, ਤੇ ਹੁਣ ਇਹਦੇ ਉੱਤੇ ਰੱਖ ਦਿੱਤੇ ਆ ਪਾਓ, ਤੇ ਪਾਓ ਨੂੰ ਸੇਕ ਲਵਾਂਗੇ। ਉਸ ਤਰ੍ਹਾਂ ਵੀ ਅਸੀਂ ਜਿਹੜਾ ਆ ਪਾਓ ਨੂੰ ਭਾਜੀ ਨਾਲ ਖਾ ਸਕਦੇ ਆ, ਉਦਾਂ ਹੀ ਜਿਹੜੀ ਆ ਬਹੁਤ ਟੇਸਟੀ ਲੱਗਦੀ ਆ, ਪਰ ਜਦੋਂ ਇਸ ਤਰ੍ਹਾਂ ਆਪਾਂ ਸੇਕ ਲੈਂਦੇ ਆ ਨਾ ਤੇ ਟੇਸਟ ਜਿਹੜਾ ਆ ਹੋਰ ਵੱਧ ਜਾਂਦਾ ਆ। ਸੋ ਇੱਧਰ ਥਾਲੀ ਵਿੱਚ ਪਾਈ ਆ ਪਾਓ ਮਤਲਬ ਕਿ ਭਾਜੀ, ਤੇ ਨਾਲ ਰੱਖ ਦਿੱਤੇ ਆ ਮੈਂ ਲੈਂਥ ਵਾਈਜ਼ ਕੱਟੇ ਹੋਏ ਪਿਆਜ਼, ਤੇ ਪਵਨ ਨੇ ਉਹਦੇ ਉੱਤੇ ਰੱਖ ਦਿੱਤਾ ਭਾਜੀ ਦੇ ਉੱਤੇ ਮੱਖਣ, ਹਰੀ ਮਿਰਚ ਤੇ ਨਿੰਬੂ। ਮੈਂ ਪਿਆਜ਼ ਦੇ ਉੱਤੇ ਥੋੜਾ ਜਿਹਾ ਮਸਾਲਾ ਪਾ ਦਿੱਤਾ ਪਾਓ ਭਾਜੀ ਦਾ, ਤੇ ਨਾਲ ਜਿਹੜੇ ਪਾਓ ਸੇਕੇ ਹੋਏ ਸੀਗੇ ਉਹ ਰੱਖ ਦਿੱਤੇ। ਸੋ ਸਾਡੀ ਜਿਹੜੀ ਅੱਜ ਦੀ ਪਾਓ ਭਾਜੀ ਦੀ ਪਲੇਟ ਆ ਉਹ ਤਿਆਰ ਹੋ ਗਈ ਆ, ਬਿਲਕੁਲ ਬਾਜ਼ਾਰ ਵਰਗੀ ਪਾਓ ਭਾਜੀ ਬਣੀ ਆ। ਉਹ ਪਾਓ ਭਾਜੀ ਜਿਹੜੀ ਆ ਬਹੁਤ ਹੀ ਟੇਸਟੀ ਬਣੀ ਸੀਗੀ, ਸਾਰਿਆਂ ਨੇ ਜਿਹੜੀ ਰੱਜ ਕੇ ਖਾਧੀ ਅਤੇ ਮੈਂ ਵੀ ਖਾ ਲਈ ਆ, ਬਹੁਤ ਹੀ ਟੇਸਟੀ ਬਣੀ ਸੀਗੀ। ਅਤੇ ਵੈਸੇ ਵੀ ਜਦੋਂ ਸਾਰਿਆਂ ਨੂੰ ਚੀਜ਼ਾਂ ਪਸੰਦ ਆ ਜਾਂਦੀਆਂ ਨਾ ਤਾਂ ਮਨ ਬੜਾ ਹੀ ਖੁਸ਼ ਹੁੰਦਾ ਆ। ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਪਸੰਦ ਆਈ ਹੋਊਗੀ, ਟਰਾਈ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਆ ਅੱਜ ਦੀ ਰੈਸਪੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫੋਰ ਵਾਚਿੰਗ।